ਤੁਸੀਂ ਕਹਿੰਦੇ ਗਿਰਗਿਟ ਇੱਕ ਪੰਛੀ ਹੈ, ਉਸਨੂੰ ਦੇਖਣਾ। ਜਦੋਂ ਇੱਕ ਪਾਸਿਓਂ ਦੇਖੋਗੇ ਰੰਗ ਹੋਰ ਹੁੰਦਾ, ਦੂਜੇ ਪਾਸਿਓਂ ਦੇਖੋਗੇ ਰੰਗ ਹੋਰ ਹੁੰਦਾ, ਪਿੱਛਿਓਂ ਦੇਖੋਗੇ ਰੰਗ ਹੋਰ ਹੁੰਦਾ, ਅੱਗਿਓਂ ਦੇਖੋਗੇ ਰੰਗ ਹੋਰ ਹੁੰਦਾ। ਗੱਲ ਇਸ ਬੰਦੇ ਦੀ ਕੀਤੀ ਆ, ਗੱਲ ਉਸ ਗਿਰਗਿਟ ਦੀ ਨਹੀਂ ਕੀਤੀ। ਕਹਿੰਦੇ ਜਿਵੇਂ ਗਿਰਗਿਟ ਰੰਗ ਬਦਲਦਾ ਨਾ, ਇਵੇਂ ਹੀ ਇਹ ਮਨੁੱਖ ਵੀ ਇੱਦਾਂ ਹੀ ਰੰਗ ਬਦਲਦਾ। ਖਿੰਨ ਮੈਂ ਅਵਰ, ਖਿੰਨ ਮੈਂ ਅਵਰਾ। ਇੱਕ ਮਿੰਟ ਵਿੱਚ ਸਾਧ ਲੱਗਦਾ, ਅਗਲੇ ਮਿੰਟ ਵਿੱਚ ਚੋਰ ਲੱਗਦਾ। ਇੱਕ ਮਿੰਟ ਵਿੱਚ ਤਿਆਗੀ ਲੱਗਦਾ, ਦੂਜੇ ਮਿੰਟ ਵਿੱਚ ਬੇਈਮਾਨ ਲੱਗਦਾ। ਰੱਬ ਦੇ ਪਿਆਰੇ ਕਹਿੰਦੇ ਗਿਰਗਿਟ ਜਿਹੜਾ ਅਜੇ ਟਾਈਮ ਲੱਗਦਾ ਉਹ ਰੰਗ ਬਦਲਦਾ ਜਦ ਖੰਭ ਖੋਲਦਾ, ਪਰ ਬੰਦਾ ਤਾਂ ਇੰਨਾ ਸਮਾਂ ਵੀ ਨਹੀਂ ਲੈਂਦਾ ਬਦਲਣ ਲੱਗੇ। ਆਖੋ ਸਤਨਾਮ ਵਾਹਿਗੁਰੂ। ਇੰਨਾ ਸਮਾਂ ਵੀ ਕਲਯੁੱਗ ਦੇ ਬੰਦੇ ਨੂੰ ਨਹੀਂ ਲੱਗਦਾ ਬਦਲਦਾ। ਕਿਉਂ? ਕਿਉਂਕਿ ਲੋਭੀ ਜਿਹੜਾ ਬੰਦਾ, ਪਾਤਸ਼ਾਹ ਕਹਿੰਦੇ ਲੋਭੀ ਕਾ ਵਿਸਾ ਨਾ ਕੀਜੈ ਜਾ ਕਾ ਪਾਰ ਵਸਾਏ। ਪਤਾ ਨਹੀਂ ਇਸਨੇ ਕਰ ਕੀ ਦੇਣਾ। ਸਤਿਗੁਰਾਂ ਦੇ ਬਚਨ ਆਪ ਜੀ ਸਰਵਣ ਕਰ ਰਹੇ ਸੀ ਮਹਾਂਪੁਰਸ਼ਾਂ ਤੋਂ, ਗੁਰਮੁਖ ਪਰਉਪਕਾਰੀ ਵਿਰਲਾ ਆਇਆ। ਚੌਂ ਨੂੰ ਗੁਰਮੁਖ ਕਿਆ ਬਾਣੀ ਨੇ, ਗੁਰਮੁਖ ਕਲ ਵਿੱਚ ਪ੍ਰਗਟ ਹੋਆ ਧੰਨ ਗੁਰੂ ਨਾਨਕ ਸਾਹਿਬ। ਪ੍ਰਹਲਾਦ ਨੂੰ ਵੀ ਗੁਰਮੁਖ ਕਿਆ ਬਾਣੀ ਨੇ, ਕਬੀਰ ਸਾਹਿਬ ਨੂੰ ਵੀ ਗੁਰਮੁਖ ਕਿਆ। ਇੱਕ ਵਾਰੀ ਕਹਿ ਦਿਓ ਸਤਨਾਮ ਨੂੰ ਵਾਹਿਗੁਰੂ। ਅਸੀਂ ਤਾਂ ਸ਼ਰਾਬੀਆਂ ਨੂੰ ਵੀ ਗੁਰਮੁਖ ਕਹਿ ਦਿੰਦੇ ਹਾਂ। ਆਖੋ ਸਤਨਾਮ ਵਾਹਿਗੁਰੂ। ਸਾਡਾ ਮਿਆਰ ਜਿਹੜਾ ਲੈਵਲ ਆਫ ਥਿੰਕਿੰਗ ਕਹਿ ਲਈਏ, ਅਸੀਂ ਤਾਂ ਘੜਾ ਘੜਾ ਸ਼ਰਾਬ ਪੀਣ ਵਾਲਿਆਂ ਨੂੰ ਕਹਿੰਦੇ ਗੁਰਮੁਖ ਆ ਗਏ। ਆਖੋ ਸਤਨਾਮ ਵਾਹਿਗੁਰੂ। ਘੜਾ ਘੜਾ ਸ਼ਰਾਬ ਦਾ ਪੀਂਦੇ ਆ, ਕਹਿੰਦੇ ਗੁਰਮੁਖ ਆ ਗਏ। ਭਾਈ ਸਾਹਿਬ ਕਹਿੰਦੇ ਗੁਰਮੁਖ ਪਰਉਪਕਾਰੀ ਵਿਰਲਾ ਆਇਆ। ਵਿਰਲਾ ਹੈਣ ਵਿਰਲੇ ਨਾ ਹੀ ਕਣੇ, ਫੈਲ ਫਕਰ ਸੰਫਕਰ ਸੰਸਾਰ। ਗਿਣਤੀ ਦੇ ਨੇ, ਗਿਣੇ ਜਾ ਸਕਦੇ ਨੇ, ਇੰਨੇ ਨਹੀਂ ਭੀੜ। ਭੀੜ ਕਦੇ ਵੀ ਖਿਮਾ ਕਰਨਾ, ਭੀੜ ਕਦੇ ਵੀ ਗੁਰਮੁਖਾਂ ਦੀ ਨਹੀਂ ਹੁੰਦੀ, ਰੱਬ ਦੇ ਪਿਆਰਿਆਂ ਦੀ ਨਹੀਂ ਹੁੰਦੀ, ਨਹੀਂ ਹੁੰਦੀ, ਨਹੀਂ ਹੁੰਦੀ। ਭੀੜ ਤਾਂ ਅਗਿਆਨੀ ਲੋਕਾਂ ਦੀ ਹੁੰਦੀ ਆ, ਬੇਈਮਾਨਾਂ ਦੀ ਹੁੰਦੀ ਆ, ਅਗਿਆਨੀਆਂ ਦੀ ਭੀੜ ਹੁੰਦੀ ਆ। ਕਿਤੇ ਕਿਤੇ ਪਾਤਸ਼ਾਹ ਕਹਿੰਦੇ ਨਾਨਕ ਕੋਟਨ ਨੇ, ਕਰੋੜਾਂ ਚੋਂ ਕਿਤੇ ਇੱਕ ਅੱਧਾ, ਕਰੋੜਾਂ ਚੋਂ ਕਿਤੇ ਕਿਤੇ ਜਗ ਦਾ ਦੀਵਾ ਨਜ਼ਰ ਆਉਂਦਾ ਗੁਰਮੁਖੋ। ਮਹਾਂਪੁਰਖ ਕੀਰਤਨ ਕਰ ਰਹੇ ਸੀ, ਸੁਰਤੀਆਂ ਜੁੜੀਆਂ ਹੋਈਆਂ ਸੀ ਸਾਰਿਆਂ ਦੀਆਂ, ਹਰ ਕੋਈ ਨਾਲ ਬੋਲਦਾ ਸੀ। ਬਸ ਇਹੀ ਸਿਫਤ ਹੈ ਰੰਗਿਆਂ ਹੋਇਆਂ ਦੀ।